ਕੁਝ ਦਿਨ ਪਹਿਲਾਂ ਕਿਸਾਨਾਂ ਦੀ ਸੜੀ ਕਣਕ ਦੇ ਮੱਦੇਨਜ਼ਰ ਸਾਡੇ ਸਹਿਯੋਗੀ ਪੁਨੀਤ ਅਰੋੜਾ ਨੇ ਕਿਸਾਨਾਂ ਨਾਲ ਖਾਸ ਗੱਲਬਾਤ ਕੀਤੀ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਣਕ ਹੈ ਉਸ ਨੂੰ ਕਿਸ ਤਰ੍ਹਾਂ ਅੱਗ ਲੱਗੀ ਸੀ ਤੇ ਜਲ ਕੇ ਸਵਾਹ ਹੋਈ ਸੀ। ਸੂਬੇ ਦੇ ਵਿੱਚ ਕੁਦਰਤ ਤੋਂ ਬਾਅਦ ਜਿਹੜੀ ਅੱਗ ਦੀ ਮਾਰ ਹੈ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਫਾਇਰ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ? ਇੱਕੋ ਹੀ ਆਈ ਜੀ, ਉਹ ਵੀ ਅੱਧੀ ਅੱਧੀ ਸੀ ਜੀ। ਅੱਧੀ ਆਈ ਆ, ਵਾਪਸ ਮੁੜ ਕੇ ਕੋਈ ਨੀ ਆਈ ਹੈਗੀ, ਕੋਈ ਸੁਣਾਈ ਨੀ ਹੈਗੀ ਜੀ ਜ਼ਿਮੀਦਾਰ ਦੀ। ਪੰਜਾਬ ਸਰਕਾਰ ਜਿੱਥੇ ਕਹਿ ਰਹੀ ਆ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਕਰਜ਼ਾ ਮਾਫ਼ ਕੀਤਾ ਗਿਆ ਹੈ, ਇੱਥੇ ਤੁਹਾਡਾ ਕੀ ਕਹਿਣਾ ਹੈਗਾ? ਕੋਈ ਨੀ ਕੀਤਾ ਕਿਸਾਨਾਂ ਮਾਫ਼ ਜੀ, ਕਿਸਾਨੀ ਡਾਊਨ ਹੋ ਰਹੀ ਆ ਜੀ। ਹਾਲਾਂਕਿ ਹੱਲਾ ਸ਼ੇਰੀ ਦਾ ਸਾਰੇ ਦਿੰਦੇ ਆ ਜੀ, ਜਿਹੜੇ ਸਾਡੇ ਐਮ ਐਲ ਏ ਵੋਟਾਂ ਲੈਂਦੇ ਆ, ਵੋਟਾਂ ਲੈ ਕੇ ਕੋਈ ਨੀ ਬਾਤ ਪੁੱਛ ਰਹੀ। ਸਵਾਦ ਇਹ ਆ, ਵੋਟਾਂ ਲੈ ਕੇ ਕਰੋ ਵੀ, ਕਾਂਗਰਸ ਨੂੰ ਮਾਫ਼ਾ ਦੇ ਜਾਵਾ ਦੇਣ, ਜੋ ਬਣਦਾ ਆ ਕੁਛ ਨਾ ਕੁਛ ਤਾਂ ਦੇਣ। ਜ਼ਿਮੀਦਾਰ ਮਰਿਆ ਆ ਜੀ, ਚੱਲ ਸਾਨੂੰ ਅਗਲੀ ਨੈਕਸਟ ਜਿਹੜੀ ਫਸਲ ਬੀਜਣੀ ਆ ਉਹਦਾ ਸਾਨੂੰ ਮਾਫ਼ਾ ਮਿਲੇ, ਸਾਡਾ ਥੋੜਾ ਬਹੁਤ ਹੈਰ ਕਪੱਟਾ ਹੋਵੇ, ਇਹੀ ਚਾਹੁੰਦੇ ਆ ਸਰਕਾਰਾਂ ਤੋਂ। ਮੇਰੇ ਸੱਤ ਖੱਤੇ ਦੂਰ ਹੋ ਗਏ ਜੀ, ਤੇ ਬਹੁਤ ਜ਼ਿਆਦਾ ਮਾੜਾ ਹੋਇਆ। ਹੁਣ ਜੇ ਤਾਂ ਸਰਕਾਰ ਨੂੰ ਇਹੀ ਕਹਿੰਦੇ ਆ ਜੇ ਕੁਛ ਕਰ ਸਕਦੇ ਕਰ ਦੋ, ਨਹੀਂ ਤਾਂ ਵੈਸੇ ਤਾਂ ਗਾਹਾਂ ਤੁਹਾਨੂੰ ਕਿਸੇ ਨੂੰ ਕੋਈ ਕੋਈ ਵੋਟ ਵੂਟ ਨਹੀਂ ਪਾਉਣੀ। ਜਿਹੜਾ ਨੁਕਸਾਨ ਇੰਨਾ ਹੋਇਆ ਆ, ਇਹ ਨੁਕਸਾਨ ਮੇ ਵੀ 90% ਤੱਕ ਘੱਟ ਸਕਦਾ ਸੀ। ਇਹ ਕਹਿੰਦੇ ਪੰਜਾਬ ਤਰੱਕੀ ਦੀ ਰਾਹ 'ਤੇ ਆ, ਇੰਡੀਆ ਦੀ ਤਰੱਕੀ ਦੀ ਰਾਹ 'ਤੇ ਆ, ਜਦ ਕਿ ਇੱਦਾਂ ਦਾ ਕੁਛ ਨਹੀਂ ਹੈਗਾ ਆ। ਕੱਲ ਇੱਥੇ ਲੋਕਾਂ ਦਾ ਮਰਨ ਤੱਕ ਹੋਇਆ ਆ, ਕਿੰਨੇ ਲੋਕਾਂ ਦੇ ਟੱਬਰਾਂ ਦੇ ਟੱਬਰੇ ਜੀ ਇੱਕ ਤਰ੍ਹਾਂ ਦੇ ਉੱਜੜ ਗਏ ਆ, ਸਾਰਿਆਂ ਨੇ ਪੈਸੇ ਦੇਣੇ ਆ, ਕਿਸੇ ਨੇ ਕਿਸੇ ਦਾ ਹਿਸਾਬ ਕਰਨਾ ਸੀ, ਕਿਸੇ ਨੇ ਕਿਸੇ ਦਾ ਹਿਸਾਬ ਕਰਨਾ ਸੀ। ਨੋਰਮਲੀ ਆ ਜੀ, ਮੇਰੇ ਹਿਸਾਬ ਨਾਲ ਜੱਟ ਭਰਾ ਕੋਈ ਇਸ ਵੇਲੇ ਜਿਹੜਾ ਹੈਗਾ ਉੱਪਰ ਨਹੀਂ ਹੈਗਾ ਜੀ। ਕੋਈ ਨਾ ਕੋਈ ਸੁੱਖ ਸਹੂਲਤ ਕੋਈ ਵੀ ਕਿਸੇ ਵੀ ਗਰੀਬ ਨੂੰ ਜਾਂ ਜੱਟ ਨੂੰ ਕਿਸੇ ਨੂੰ ਵੀ, ਖਾਸ ਕਰਕੇ ਜੀ ਜੱਟਾਂ ਨੂੰ, ਇਸ ਮੌਸਮ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਮੌਸਮ ਦੇ ਵਿੱਚ ਆਹ ਚੀਜ਼ ਹੋ ਸਕਦੀ ਆ। ਵੀ ਜਿਹੜੀ ਵੀ ਹੈਗੀ ਫਾਇਰ ਬ੍ਰਿਗੇਡ ਦੀ ਗੱਡੀ ਘੱਟੋ ਘੱਟ ਪਿੰਡਾਂ ਦੇ ਵਿੱਚ ਪਹੁੰਚਾਉਣ ਪਹਿਲਾਂ ਹੀ ਹੋਣੀ ਚਾਹੀਦੀ ਆ ਜੀ। ਪਰ ਕਿੱਥੇ ਸਾਨੂੰ ਫੋਨ ਕਰਨਾ ਪੈਂਦਾ ਨਕੋਦਰ, ਨਕੋਦਰ ਤੋਂ ਜਦ ਤੱਕ ਗੱਡੀ ਆਊਗੀ ਤੁਸੀਂ ਕਿੰਨਾ ਏਰੀਆ ਅੱਗ ਕਵਰ ਕਰਦੀ ਆ, ਫਲੋਰ ਸਾਨੂੰ ਪੈਂਦਾ, ਫਲੋਰ ਤੋਂ ਗੱਡੀ ਆਊਗੀ ਤਾਂ ਕਿੰਨਾ ਏਰੀਆ ਕਵਰ ਕਰਦੀ ਆ ਤੁਸੀਂ। ਇਹ ਆਏ ਗੌਰਮੈਂਟ ਆਇਆ, ਇਹ ਕਿਹੜਾ ਪੜ੍ਹੇ ਲਿਖੇ ਨਹੀਂ ਹੈਗੇ, ਸਭ ਐਮ ਐਲ ਏ ਐਮ ਪੀ ਜੋ ਵੀ ਹੈਗੇ ਜਿੰਨੇ ਵੀ ਹੈਗੇ ਸਭ ਪੜ੍ਹੇ ਲਿਖੇ ਲੋਕ ਆ, ਇਹਨਾਂ ਨੂੰ ਆਪ ਹੀ ਪਤਾ ਹੋਣਾ ਚਾਹੀਦਾ ਵੀ ਕਿੰਨਾ ਏਰੀਆ ਕਵਰ ਕਰਕੇ ਗੱਡੀ ਆਉਂਦੀ, ਉਹਨਾਂ ਚਿਰ ਕਿੰਨਾ ਨੁਕਸਾਨ ਹੋ ਜਾਊਗਾ। ਖਬਰਾਂ ਦੇ ਵਿੱਚ ਇੰਨੀ ਮੈਨੂੰ